ਪੰਜਾਬ ਦੇ ਫਗਵਾੜਾ ਸ਼ਹਿਰ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਕੁਝ ਦੇਰ ਪਹਿਲਾਂ ਇੱਕ NRI ਬਜ਼ੁਰਗ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮੋਹਨ ਲਾਲ ਦੇ ਰੂਪ ਵਿੱਚ ਹੋਈ ਹੈ, ਜੋ ਕਿ ਇੰਗਲੈਂਡ ਤੋਂ ਵਾਪਸ ਆਇਆ ਹੋਇਆ ਸੀ ਅਤੇ ਫਗਵਾੜਾ ਦੇ ਪਟੇਲ ਨਗਰ ਦਾ ਰਹਿਣ ਵਾਲਾ ਸੀ। ਫਗਵਾੜਾ ਦੇ ਵਿੱਚ NRI ਦੀ ਹੋਈ ਮੌਤ ਦੇ ਨਾਲ ਹੀ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕ ਇਸ ਮੌਤ ਨੂੰ ਕੋਰੋਨਾ ਵਾਇਰਸ ਦੇ ਨਾਲ ਵੀ ਜੋੜ ਰਹੇ ਹਨ, ਜਿਸ ਦੇ ਚਲਦੇ ਫਗਵਾੜਾ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ। ਇਸ ਦੇ ਬਾਰੇ ਵਿੱਚ ਸਿਵਲ ਹਸਪਤਾਲ ਦੇ SMO ਦਾ ਵੀ ਕਹਿਣਾ ਹੈ ਕਿ ਫਗਵਾੜਾ ਦੇ ਵਿੱਚ ਵਿਅਕਤੀ ਦੀ ਮੌਤ ਤਾਂ ਹੋਈ ਹੈ, ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਉਹ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋਈ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਗੱਲ ਦੀ ਪੁਸ਼ਟੀ ਆਉਣ ਵਾਲੀਆਂ ਰਿਪੋਰਟਾਂ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। ਫਗਵਾੜਾ ਤੋਂ ਹਲਚਲ ਟੁਡੇ ਲਈ ਬਿਊਰੋ ਰਿਪੋਰਟ। ਕੋਰੋਨਾ ਦਾ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ। ਹਰ ਗਲੀ ਮਹੱਲੇ ਦੇ ਵਿੱਚ ਇੱਕ ਸੂਚਨਾ ਦੀ ਕਿ ਕਿਸੇ ਜਗ੍ਹਾ ਕੋਰੋਨਾ ਹੋ ਗਿਆ, ਤਾਂ ਕੀ ਕਿੰਨੇ ਕੁ ਮਾਮਲੇ ਹੁਣ ਤੱਕ ਫਗਵਾੜੇ ਦੇ ਵਿੱਚ ਸਾਹਮਣੇ ਆਏ ਆ? ਦੇਖੋ ਜੀ, ਹਾਲੇ ਤੱਕ ਪੁਸ਼ਟੀ ਕਿਸੇ ਦੀ ਨਹੀਂ ਹੋਈ, ਕਿਸੇ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈਗੀ ਹੈ। ਉਹਦਾ ਕੋਰੋਨਾ ਨਾਲ ਸੰਬੰਧਿਤ ਸਾਡੇ ਕੋਲ 3-4 ਮਾਮਲੇ ਸਾਹਮਣੇ ਆ ਰਹੇ ਹੈਗੇ ਆ। ਲੱਗਦਾ ਉਹਨਾਂ ਨੂੰ ਲੱਗਦਾ ਵੀ ਇਹਦੇ ਵਿੱਚ ਕੋਰੋਨਾ ਵਾਇਰਸ ਹੋ ਸਕਦਾ, ਕਿਉਂਕਿ ਉਹਨਾਂ ਦੀ ਮੌਤ ਹੋਣ ਕਰਕੇ ਇਹ ਸ਼ੱਕ ਸੂਬੇ ਪੈਦਾ ਹੋ ਰਹੇ ਆ। ਅੱਛਾ, ਇੱਕ ਜਿਹੜੇ ਬੰਗਾ ਰੋਡ 'ਤੇ ਇੱਕ ਵਿਅਕਤੀ ਡੈਥ ਹੋਈ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਆ? ਉਹਨਾਂ ਨੂੰ ਦੇਖੋ ਜੀ, ਪਹਿਲਾਂ ਵੀ ਬਿਮਾਰੀਆਂ ਜਿੱਦਾਂ ਸ਼ੂਗਰ ਵਗੈਰਾ, ਹਾਈਪਰਟੈਂਸ਼ਨ ਪਹਿਲਾਂ ਰਹੀ ਹੈਗੀ ਆ, ਤਾਂ ਨਾਲ ਖਾਂਸੀ ਵੀ ਸੀਗੀ, ਤਾਂ ਮੇਨ ਕਾਰਨ ਕੀ ਹੈਗਾ ਇਹ ਨਹੀਂ ਦੱਸਿਆ ਜਾ ਸਕਦਾ। ਅਤੇ ਕਿਸੇ ਕੀ ਤੁਹਾਡੇ ਵੱਲੋਂ ਜਾਂ ਕਿਸੇ ਹੈਲਥ ਵਿਭਾਗ ਦੀ ਟੀਮ ਵੱਲੋਂ ਉਸ ਨੂੰ ਕੋਈ ਕਲੀਅਰ ਕੀਤਾ ਗਿਆ ਕਿ ਇਹ ਕੋਰੋਨਾ ਵਾਇਰਸ ਨਾਲ? ਹਾਂਜੀ, ਸਾਡੀ ਹੈਲਥ ਟੀਮ ਵੱਲੋਂ ਉਹਨੂੰ ਰੈਗੂਲਰ ਉਹਦੇ ਘਰ ਜਾ ਕੇ ਚੈੱਕਅਪ ਕੀਤਾ ਜਾ ਰਿਹਾ ਸੀਗਾ। ਉਹਨਾਂ ਦੀ ਵੱਲੋਂ ਰਿਪੋਰਟ ਰੋਜ਼ ਦੀ ਰੋਜ਼, ਜਿੰਨੇ ਵੀ ਬਾਹਰੋਂ ਦੀ ਕੋਈ ਪੇਸ਼ੈਂਟ ਸਾਡੇ ਕੋਲ ਆ ਰਿਹਾ ਹੈਗਾ, ਉਹਨਾਂ ਨੂੰ ਰੋਜ਼ ਦੀ ਰੋਜ਼ ਘਰ ਜਾ ਕੇ ਸਾਡੇ ਵਰਕਰ ਜਿਹੜੇ ਆ ਉਹ ਚੈੱਕ ਕਰ ਰਹੇ ਹੈ। ਅਤੇ ਜਿਸ ਦੀ ਮੌਤ, ਉਹਨੂੰ ਕੀ ਮੰਨਿਆ ਜਾ ਸਕਦਾ ਕਿ ਕੋਰੋਨਾ ਨਾਲ ਹੋਈ ਹੈ ਜਾਂ ਹਾਲੇ ਤੱਕ ਸ਼ੱਕੀ ਹੋਈ ਹੈ ਉਹ? ਦੇਖੋ ਜੀ, ਸ਼ੱਕੀ ਕਹਿ ਸਕਦੇ ਹਾਂ, ਕਿਉਂਕਿ ਕੋਰੋਨਾ ਨਾਲ ਅਸੀਂ ਤਾਂ ਹੀ ਕਹਾਂਗੇ ਜਦੋਂ ਉਹਦਾ ਟੈਸਟ ਹੁੰਦਾ ਉਹ ਪੋਜ਼ਿਟਿਵ ਆਉਂਦਾ, ਫਿਰ ਅਸੀਂ ਕਹਿ ਸਕਦੇ ਸੀਗੇ ਵੀ ਉਹਨੂੰ ਕੋਰੋਨਾ ਹੈ। ਡਾਕਟਰ ਸਾਹਿਬ, ਇੱਕ ਆਪਣੇ ਹੁਣ ਪੇਸ਼ੈਂਟ ਹੋਸਪਿਟਲ ਹੁਣੇ ਹੁਣੇ ਆਏ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਆ? ਦੇਖੋ ਜੀ, ਉਹ ਵੀ ਮਤਲਬ ਹਾਲੇ ਸ਼ੱਕੀ ਦੇ ਸ਼ੱਕ ਦੇ ਆਧਾਰ 'ਤੇ ਅਸੀਂ ਉਹਨੂੰ ਦਾਖਲ ਕਰ ਲਿਆ, ਆਈਸੋਲੇਸ਼ਨ ਵਾਰਡ 'ਚ ਰੱਖ ਲਿਆ ਹੈਗਾ। ਅਸੀਂ ਹੁਣ ਸਿਵਲ ਸਰਜਨ ਜਾਂ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਏਗਾ, ਲਿਖ ਦਿੱਤਾ ਹੈਗਾ, ਤਾਂ ਈਵਨ ਐਪੀਡੈਮੋਲੋਜਿਸਟ ਨੂੰ ਵੀ ਲਿਖ ਦਿੱਤਾ ਹੈਗਾ, ਤਾਂ ਉਹ ਆ ਕੇ ਇਹਦਾ ਟੈਸਟ ਕਰਨਗੇ। ਜੇ ਟੈਸਟ ਪੋਜ਼ਿਟਿਵ ਆਉਂਦਾ ਉਸ ਤੋਂ ਬਾਅਦ ਹੀ ਅਸੀਂ ਕਹਾਂਗੇ ਵੀ ਇਹ ਕੋਰੋਨਾ ਵਾਇਰਸ ਹੈ ਜਾਂ ਕੁਛ ਹੋਰ। ਕੀ ਨਾਮ, ਕੀ ਇਹਨਾਂ ਦਾ ਪੇਸ਼ੈਂਟ ਦਾ ਨਾਮ ਕੀ? ਪੇਸ਼ੈਂਟ ਦਾ ਨਾਮ ਹਰਨਾਮ ਕੌਰ ਹੈਗੀ ਹੈ ਜੀ, ਸ਼ਹੀਦ ਜੋਗਿੰਦਰ ਸਿੰਘ ਨਗਰ ਮੇਰੇ ਖਿਆਲ ਨਾਲ ਉੱਥੇ ਰਹਿਣ ਵਾਲੇ ਹੈਗੇ। ਵਿਦੇਸ਼ ਤੋਂ ਆਏ ਕਿ ਆਪਣੇ ਇੰਡੀਆ? ਇਹ ਯੂਰਪ ਤੋਂ ਆਏ ਹੋਏ ਆ।